हेलो स्टूडेंट्स हाउ आर यू ऑल बेटा सी 10 ਦਾ ਜਿਹੜਾ ਆਪਣਾ ਕਲਾਸ ਹੈ ਆਪਣੀ ਉਹਦੀ ਚੈਪਟਰ ਸ਼ੁਰੂ ਕੀਤਾ ਹੋਇਆ ਸੀ ਲਾਈਟ আর ਉਸ ਦੇ ਨਾਲ ਸੰਬੰਧਿਤ ਉਹ ਜਿਹੜੇ ਪ੍ਰਵਰਤਨ ਆ ਟਿਕਾ ਉਹਦੇ ਵਿੱਚ ਅਪਵਰਡ ਤੇ ਨਾ ਤੇ ਹੁਣ ਤੱਕ ਅਸੀਂ ਉਸ ਚੈਪਟਰ ਤੇ ਸਮतल ਦਰਪਣ ਬਾਰੇ ਪੜ ਚੁੱਕੇ ਹਾਂ परावर्तन ਕਿਵੇਂ ਹੁੰਦਾ ਹੈ ਸਮਤਲ ਦਰਪਣ ਦੇ ਵਿੱਚ ਕਿਹੜੇ ਕਿਹੜੇ ਉਹਦੇ ਜਿਹੜੀ ਇਮੇਜ ਬਣਦੀ ਆ ਉਹਦੀ ਫਾਰਮੇਸ਼ਨ ਹੁੰਦੀ ਹੈ ਉਹਦੇ ਕੀ ਕੀ ਗੁਨਾਹ ਦੇ ਨੇ ਕੀ ਕੀ ਕੈਰੈਕਟਿਸਟਿਕਸ ਨੇ ਠੀਕ ਹੈ ਅਸੀਂ ਪਿਛਲੇ ਲੈਕਚਰ ਚ ਅਸੀਂ ਵੀ ਕਰ ਚੁੱਕੇ ਸੀ ਕਿ ਜਿਹੜਾ ਦੋ ਤਰ੍ਹਾਂ ਦੇ ਗੋਲਾਕਾਰ ਦਰਪਣ ਹੁੰਦੇ ਆ ਅਵਤਲ ਤੇ ਉਤਲ ਔਰ ਅਵਤਲ ਦਰਪਣ ਕਿਵੇਂ ਹੁੰਦਾ ਉਹਦਾ ਕਾਰ ਕਿਵੇਂ ਦਾ ਉਹਦਾ ਸ਼ਾਈਨਿੰਗ ਸਰਫੇਸ ਕਿਹੜਾ ਹੁੰਦਾ ਆ ਠੀਕ ਹੈ ਸੋ ਅਸੀਂ ਦੋ ਤਰ੍ਹਾਂ ਦੇ ਕਰ ਚੁੱਕੇ ਸੀ ਗੋਲਾਕਾਰ ਦਰਪਣ ਇਹਨਾਂ ਦੇ ਬਾਰੇ ਸਟੱਡੀ ਔਰ ਅਸੀਂ ਉਹਦੇ ਵਿੱਚ ਪੜਿਆ ਵੀ ਸੀਗਾ ਕਿ ਜਿਹੜਾ ਅਫਤਲ ਦਰਪਣ ਹੁੰਦਾ ਆ ਉਹ ਅੰਦਰਵਾਰ ਹੁੰਦਾ ਤੇ ਤੁਹਾਨੂੰ ਮੈਂ ਕਿਹਾ ਸੀ ਯਾਦ ਰੱਖਣਾ ਅੰਦਰਵਾਰ ਯਾਨੀ ਐੜੇ ਤੋਂ ਅੰਦਰ ਔਰ ਐੜੇ ਤੋਂ ਅਫਤਲ ਔਰ ਉੜੇ ਤੋਂ ਉੱਭਰਿਆ ਔਰ ਉੜੇ ਤੋਂ ਉੱਤਲ ਜਿਹੜਾ ਉੱਭਰਿਆ ਹੋਇਆ ਬਾਹਰ ਨੂੰ ਆ ਸ਼ਾਈਨਿੰਗ ਸਰਫੇਸ ਜਿਹੜੀ ਆ ਉਹ ਉੱਤਲ ਹੈ ਸੋ ਅਸੀਂ ਉਹਨਾਂ ਦੇ ਨਾਲ ਸੰਬੰਧਿਤ ਕੁਝ ਰੇ ਡਾਇਗ੍ਰਾਮਸ ਵੀ ਕਰਨੀਆਂ ਨੇ ਜਿਹੜੇ ਬਹੁਤ ਇੰਪੋਰਟੈਂਟ ਨੇ ਕਿ ਕਿਵੇਂ-ਕਿਵੇਂ ਇਮੇजेस ਫਾਰਮੇਸ਼ਨ ਹੁੰਦੀਆਂ ਬਟ ਉਸ ਤੋਂ ਪਹਿਲਾਂ ਆਪਾਂ ਕੁਝ ਇੰਪੋਰਟੈਂਟ ਰੇ ਡਾਇਗ੍ਰਾਮਸ ਜਿਹੜੀਆਂ ਨੂੰ ਅੰਡਰਸਟੈਂਡ ਕਰਨ ਲਈ ਕੁਝ ਰੂਲਸ ਦੇਖਾਂਗੇ ਠੀਕ ਹੈ ਸੋ ਕੁਝ ਨਿਸ਼ਮ ਦੇਖਾਂਗੇ ਔਰ ਜਿਹੜੇ ਅਸੀਂ ਟੌਪਿਕ ਕਰ ਚੁੱਕੇ ਇੱਕ ਫਾਰਮੂਲਾ ਤੁਹਾਨੂੰ ਸਿਖਾਇਆ ਸੀ r 2f ਠੀਕ ਹੈ ਉਹਦੇ ਨਾਲ ਸੰਬੰਧਿਤ ਅਸੀਂ ਨਿਊਮੈਰੀਕਲਸ ਕਰਾਂਗੇ ਸੋ ਸਟਾਰਟ ਕਰਦੇ ਹਾਂ ਬੱਚਾ देख तु पहला सडिकुल आया टॉपिक चड़ आजता और रूल ते तो स्ट्रडी री डायग्राम्स उन्हों कीव भी अंडस्ट्रें करना है सु फर् सडिकुल आइया बच्चा जदों कोई किरण मुख तुरे देे स्मानांतर होवे और देखो इते वे् यथे में दो दरपन बनाया अफतल दरपना और इदल साइड उत्तल दरपना ठीक है स्वाप पहला केस करने है जद कोई किरन मुख तुरे दे स्मानंतर ਹੋਵੇ ਹੁਣ ਆ ਦੇਖੋ ਇੱਥੇ ਅੰਦਰਵਾਰਾ ਠੀਕ ਹੈ ਇਹਦੇ ਬੈਕ ਸਾਈਡ ਮੈਂ ਐਦਾਂ ਡਰਾ ਕਰਣੀ ਜਿਹੜੀ ਉਹ ਬੈਕ ਸਾਈਡ ਆ ਕਲੀਅਰ ਤੇ ਜਿਹੜਾ ਇਹਦੇ ਦੇਖੋ ਇਹ ਉੱਤਲ ਆ ਇਹਦੀ ਬੈਕ ਸਾਈਡ ਆਪਾਂ ਐਦਾਂ ਡਰਾ ਕਰਣੀ ਠੀਕ ਹੈ ਸੋ ਹੁਣ ਤੁਸੀਂ ਇੱਥੇ ਦੇਖ ਲਿਓ ਮੈਂ ਇੱਕ ਵਾਰ ਦੁਬਾਰਾ ਕਰਕੇ ਦਿਖਾ ਦ ਤੁਹਾਨੂੰ ਅੱਛਾ ਦੇਖੋ ਅਵਤਲ ਦੇ ਜਿਹੜਾ ਇਹ ਸੈਂਟਰ ਚੋ ਲਾਈਨ ਲੰਗਦੀ ਆ ਜਿਹੜੀ ਸੀ ਠੀਕ ਹੈ ਜਿਹੜੀ ਸੀ ਔਰ ਪੀ ਨੂੰ ਮਿਲਾਉਂਦੀ ਜਿਹੜੀ ਸੀ ਤੇ ਪੀ ਦੇ ਵਿੱਚੋਂ ਪਾਸ ਕਰਦੀ ਆ ਉਸ ਲਾਈਨ ਨੂੰ ਅਸੀਂ ਕਿਹੜੀ ਲਾਈਨ ਬੋਲਦੇ ਆ ਉਸ ਲਾਈਨ ਨੂੰ ਅਸੀਂ ਬੋਲਦੇ ਆ ਮੁਖ ਤੁਰਾ ਕੀ ਬੋਲਦੇ ਆ ਮੁਖ ਤੁਰਾ ਠੀਕ ਹੈ ਸੋ ਅਸੀਂ ਉਸ ਲਾਈਨ ਨੂੰ ਮੁਖ ਤੁਰਾ ਬੋਲਦੇ ਸੋ ਇਸੇ ਤਰ੍ਹਾਂ ਉੱਤਲਵਾਸੇ ਵੀ ਮੁਖ ਤੁਰਾ ਆ ਤੇ ਉੱਤਲਵਾਸੇ ਵੀ ਮੁਖ ਤੁਰਾ ਇਮੇਜినਰੀ ਲਾਈਨ ਹੁੰਦੀ ਹੈ ਇੱਕ ਤਰ੍ਹਾਂ ਦੀ ਜਿਹੜੀ ਪੋਲ ਔਰ ਸੀ ਫੋਰ ਸੈਂਟਰ ਆਫ ਕਰਵੇਚਰ b4 ਪੋਲ ਇਹਨੂੰ ਧਰੁਵ ਵੀ ਕਹਿੰਨੇ ਆਂ ਔਰ c ਦਾ ਮਤਲਬ ਕੀ ਹੈ ਵਕਰਤਾ ਕੇਂਦਰ ਠੀਕ ਹੈ ਔਰ ਸੈਂਟਰ ਆਫ ਕਰਵੇਚਰ ਇਸ ਨੂੰ ਬੋਲ ਦਿੰਨੇ ਆਂ ਓਕੇ ਬੇਟਾ ਹੁਣ ਅਸੀਂ ਇਹਨੂੰ ਅੰਡਰਸਟੈਂਡ ਕਰਾਂਗੇ ਕਿ ਕਿਹੜੇ ਕਿਹੜੇ ਲਾਈਨਸਾਨੂੰ ਯਾਦ ਰੱਖਣੇ ਜਦੋਂ ਅਸੀਂ ਨੈਕਸਟ ਡਾਇਗ੍ਰਾਮਸ ਕਰਾਂਗੇ ਸੋ ਦੇਖੋ ਇਹਦੇ ਵਿੱਚ ਇੱਕ ਅਵਤਲ ਦਰਪਨ ਆ ਪਹਿਲਾਂ ਅਸੀਂ ਕੇਸ ਕਰਦੇ ਆਂ ਔਰ ਇੱਕ ਮੁਖ ਤੁਰਾ ਸੈਂਟਰ ਜਿਹੜੇ ਮੈਂ ਗ੍ਰੀਨ ਨਾਲ ਸ਼ੋ ਕੀਤਾ ਹੋਇਆ ਹੁਣ ਆਹ ਲਾਈਨ ਬੇਟਾ ਜਿਹੜੀ ਜਾ ਰਹੀ ਆ ਦੇਖੋ ਇੱਥੇ ਐ ਲਾਈਨ ਐਰੋ ਬਣਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਐ ਲਾਈਨ ਦਰਪਨ ਤੇ ਪਈ ਦਰਪਨ ਤੇ ਟਕਰਾ ਕੇ ਲਾਈਨ ਕੋ ਜੇਸਤਰਾ ਬਾਰਾਂਦੀਆ ਕਿ ਫੋਕਸ ਚੋ ਪਾਸ ਕਰਦੀ ਦਿਖਾਈ ਦਿੰਦੀ ਆ ਠੀਕ ਹੈ ਸੋ ਹਮੇਸ਼ਾ ਇੱਕ ਚੀਜ਼ ਯਾਦ ਰੱਖਨੀ ਆ ਜਦੋਂ ਵੀ ਕੋਈ ਲਾਈਨ ਮੁੱਖ ਤੁਰੇ ਦੇ ਆ ਦੇਖੋ ਮੁੱਖ ਤੁਰਾ ਨਾ ਮੁਖਤੂਰੇ ਦੇ ਸਮਾਨੰਤਰ ਸਮਾਨੰਤਰ ਲਾਈਨਸ ਕੁਛ ਇਦਾਂ ਦੀ ਹੁੰਦੇ ਨੇ ਜਿਹੜੀ ਜਿੱਦਾਂ ਰੇਲ ਦੀ ਪੱਟੜੀਆਂ ਨੇ ਜਿਹੜੀ ਆਹਮੋ ਸਾਹਮਣੇ ਹੁੰਦੇ ਨੇ ਸਮਾਨੰਤਰ ਲਾਈਨਸ ਇਦਾਂ ਵੀ ਹੋ ਸਕਦੀਆਂ ਨੇ ਇਦਾਂ ਵੀ ਹੋ ਸਕਦੀਆਂ ਨੇ ਇਹ ਸਾਰੀਆਂ ਸਮਾਨੰਤਰ ਲਾਈਨਸ ਨੇ ਠੀਕ ਹੈ ਸੋ ਆਪਾਂ ਇੱਥੇ ਕਰਦੇ ਹਾਂ ਕਿ ਆ ਦੇਖੋ ਮੈਂ ਦੁਬਾਰਾ ਦੱਸਦੀ ਆ ਇੱਕ ਲਾਈਨ ਆਈ ਜਿਹੜੀ ਆਹ ਵਾਲੀ ਮੁਖਤੂਰੇ ਦੇ ਸਮਾਨੰਤਰ ਅਦਰਪਨ ਤੋਂ ਟਕਰਾ ਕੇ ਉਹ ਇਦਾਂ ਆ ਰਹੀ ਹੈ ਕਲੀਅਰ ਕਿੱਥੋਂ ਲੰਘ ਰਹੀ ਆ ਫੋਕਸ 'ਚ ਸੋ ਕਿੱਥੋਂ ਲੰਘਦੀ ਆਏ ਫੋਕਸ 'ਚ ਜਿਹੜੀ ਮੁਕਤੁਰ ਦੇ ਸਮਾਨੰਤਰ ਹੁੰਦੀ ਹੈ ਲਾਈਨ ਉਹ ਹਮੇਸ਼ਾ ਫੋਕਸ ਨੂੰ ਪਾਸ ਕਰਦੀ ਹੈ ਇਸੇ ਤਰ੍ਹਾਂ ਉਤਲ ਦਰਪਨ ਦਾ ਕੇਸ ਦੇਖਦੇ ਹਾਂ ਫਿਰ ਦੇਖੋ ਇਹ ਲਾਈਨ ਜਿਹੜੀ ਆ ਰਹੀ ਆ ਮੁਕਤੁਰ ਦੇ ਸਮਾਨੰਤਰ ਸਮਾਨੰਤਰ ਲਾਈਨ ਜਿਹੜੀ ਆ ਉਹ ਹੁਣ ਇਹਦਾ ਦਰਪਨ ਦਾ ਉਤਲ ਦਰਪਨ ਦਾ ਜਿਹੜਾ ਐਫ ਆ ਦੇਖੋ ਪਿੱਛੇ ਆ ਸੇਵੀ ਪਿੱਛੇ ਆ ਠੀਕ ਹੈ ਤੁਹਾਨੂੰ ਦੱਸ ਸੀ ਨਾ ਕਿ ਜਦੋਂ ਆਪਾਂ ਇੱਕ ਮਿਰਰ ਨੂੰ ਕੰਪਲੀਟ ਕਰਾਂਗੇ ਤਾਂ ਹਮੇਸ਼ਾ ਉਹਦਾ ਜਿਹੜਾ ਪੁਆਇੰਟਸ ਆ ਉਹ ਬੈਕ ਸਾਈਡ ਤੇ ਬਣਗੇ ਹੁਣ ਅਵਤਲ ਦੇ ਫਰੰਟ ਤੇ ਬਣ ਰਿਹਾ ਕਿਉਂਕਿ ਅਵਤਲ ਦੀ ਸ਼ੇਪ ਉਸ ਤਰੀਕੇ ਦੀ ਆ ਕਲੀਅਰ ਸੋ ਇਹ ਇੱਥੋਂ ਟਕਰਾ ਕੇ ਕੁਝ ਐਦਾਂ ਜਾਏਗੀ ਔਰ ਐਦਾਂ ਜਾਂਦੇ ਹੋਏ ਅਗਰ ਮੈਨੂੰ ਐਕਸਟੈਂਡ ਕਰਕੇ ਦਿਖਾਵਾਂ ਤੁਹਾਨੂੰ ਤੇ ਇਹ ਕਿੱਥੇ ਮੀਟ ਕਰਦੀ ਪਈ ਆ ਐਫ ਤੇ ਹੀ ਮੀਟ ਕਰਦੀ ਪਈ ਆ ਸੋ ਇੱਥੋਂ ਅਸੀਂ ਸਿੱਖਿਆ ਕਿ ਕੋਈ ਵੀ ਲਾਈਨ ਜਿਹੜੀ ਕਿ ਮੁੱਖ ਤੁਰੇ ਦੇ ਸਮਾਨੰਤਰ ਹੁੰਦੀ ਆ ਉਹ ਕਿੱਥੇ ਪਾਸ ਕਰਦੀ ਆ ਆਫਟਰ ਰਿਫਲੈਕਸ਼ਨ ਐਫ ਜੋ ਪਾਸ ਕਰਦੀ ਆ ਇਹ ਨਾ ਕਲੀਅਰ ਹੋਇਆ ਸਾਰਿਆਂ ਨੂੰ ਓਕੇ ਸੋ ਨੈਕ ਚੱਲਦੇ ਆ ਨੰਬਰ 2 ਤੇ ਅੱਛਾ ਲਿਸਨ ਪਹਿਲਾ ਸੀ ਇਹਨੂੰ ਅੰਡਰਸਟੈਂਡ ਕਰ ਲਈਏ ਕਿ ਕਿਉਂ ਹੁੰਦਾ ਦੇਖੋ ਜਿੱਦੋਂ ਵੀ ਕੋਈ ਲਾਈਨ ਜਿਵੇਂ ਇਹ ਲਾਈਨ ਹੈ ਇੱਥੋਂ ਆਏ ਇੱਥੋਂ ਲੰਗੀ ਠੀਕ ਹੈ ਸੋ ਵੇਟ ਹਾਂ ਠੀਕ ਹੈ ਸੋ ਇੱਥੇ ਮੈਂ ਇੱਕ ਲਾਈਨ ਲਿਖੀ I R ਮੈ ਤੁਹਾਨੂੰ ਸਿਖਾਇਆ ਸੀ I ਹਮੇਸ਼ਾ R ਦੇ ਬਰਾਬਰ ਹੁੰਦਾ ਹੈ ਹੁਣ ਇਹਨੂੰ ਅੰਡਰਸਟੈਂਡ ਕਰਨ ਲਈ ਆਪਾਂ ਕੀ ਕਰਦੇ ਆ ਆ ਦੇਖੋ ਇੱਥੇ ਇਸ ਲਾਈਨ ਦੇ ਵਿੱਚ ਆ ਜਿੱਦੋਂ ਆ ਪੂਰਾ ਕੋਣ ਅਗਰ ਮੈਂ ਇਸ ਨੂੰ ਛੋਟਾ ਜਿਹਾ ਹਿੱਸਾ ਮੰਨ ਲਾਂ ਮਿਰਰ ਦਾ ਠੀਕ ਹੈ ਔਰ ਇਹਦੇ ਸੈਂਟਰ 'ਚ ਮੈਂ ਦੱਸਿਆ ਸੀ ਨਾ ਆਪੇ ਕਾ ਆਪੇ ਲੰਬ ਡਰਾ ਕਰਨਾ ਹੈ ਤੇ ਐਲਾ ਕੋਣ ਠੀਕ ਹੈ ਇੱਕ ਮਿੰਟ ਪਿੰਗ ਚੇਂਜ ਕਰ ਲੇਤੇ ਔਰ ਇਹਲਾ ਕੋਣ ਅਸੀਂ ਇਹਨੂੰ i ਲੈ ਲੈਨੇ ਔਰ ਇਹਲਾ ਕੋਣ ਅਸੀਂ ਇਹਨੂੰ r ਲੈ ਲੈਨੇ ਸੁਇਸ ਕਰਕੇ i r ਸੋ i ਦੇ ਬਰਾਬਰ ਹੋਣ ਦੇ ਨਾਲ r ਜਿਹੜਾ ਵਾ ਉਹ ਇਸ ਤਰ੍ਹਾਂ ਦੀ ਉਹਦੇ ਆਪਣੇ ਆਪ ਹੀ ਅਲਾਈਨਮੈਂਟ ਹੋ ਜਾਂਦੀ ਆ ਕਿ ਹਮੇਸ਼ਾ ਉਹ ਜਿੱਦੋਂ ਵੀ ਪੈਰਲ ਹੁੰਦਾ ਉਹ ਆਪਣੇ ਆਪ ਹੀ ਫੋਕਸ ਚੋਂ ਪਾਸ ਕਰਦਾ ਹੀ ਕਰਦਾ ਹੈ ਠੀਕ ਹੈ ਬੱਚਾ ਸਾਰਿਆਂ ਨੂੰ ਕਲੀਅਰ ਹੋਇਆ ਪੁਆਇੰਟ ਸੋ ਜਿੱਦੋਂ ਵੀ ਕੋਈ ਕਿਰਨ ਮੁਖਤੁਰੇ ਦੇ ਸਮਾਨੰਤਰ ਉਹ ਕਿਦੇ ਚ ਪਾਸ ਕਰਨੀਆਂ ਉਹ ਐਫ ਚੋ ਪਾਸ ਕਰਨੀਆਂ ਕਲੀਅਰ ਚਲੋ ਨੈਕਸਟ ਚਲਦੇ ਹਾਂ ਨੰਬਰ 2 ਨੰਬਰ 2 ਰੂਲ ਕੰਦਾ ਜਦੋਂ ਕੋਈ ਕਿਰਨ ਸੀ ਚ ਲੰਗੇ ਠੀਕ ਹੈ ਹੁਣ ਆ ਦੇਖੋ ਦੋਵੇਂ ਦਰਪਨ ਹੈ ਇਹ ਪਹਿਲਾ ਅਵਤਲ ਹੈ ਹੈ ਉਤਲ ਅਸੀਂ ਪਹਿਲਾ ਅਵਤਲ ਬਾਰੇ ਗੱਲ ਕਰਦੇ ਆ ਦੇਖੋ ਇੱਥੇ ਰੇ ਆ ਰਹੀ ਆ ਠੀਕ ਹੈ ਥੋੜੀ ਜੀ ਸੀ ਚ ਲੰਘ ਰਹੀ ਆ ਠੀਕ ਹੈ ਇੰਨੇ టుਮਾਰਾ ਡਰਾ ਕਰਕੇ ਦੇਖ ਦੇ। ਦੇਖ ਠੀਕ? ਓਕੇ? ਸੋ ਸੀ ਚ ਲੰਗਦੀ ਆ ਠੀਕ ਹੈ? ਤੋਂ ਸੀ ਚ ਲੰਗਦੀ ਆ ਟਕਰਾ ਕੇ ਉਹ ਵਾਪਿਸ ਹੀ ਚਲੀ ਜਾਂਦੀ ਆ। ਕਲੀਅਰ? ਹੁਣ ਇੱਕ ਕੇ ਇਹ ਜੀ ਜ਼ਿਆਦਾ ਨਹੀਂ ਜਦੋਂ ਵੀ ਕੋਈ ਕਿਰਨ ਸੀ ਚੋਂ ਪਾਸ ਕਰਦੀ ਆ ਔਰ ਸੀ ਚੋਂ ਹੀ ਵਾਪੇ ਜਾਂਦੀ ਆ ਆਫਟਰ ਪ੍ਰਾਵਰਤ। ਇਸੇ ਤਰ੍ਹਾਂ ਇਹਦੇ ਦੇਖੋ ਉਤਲ ਵਾਸੇ ਲੰਘ ਰਹੀ ਆ ਆ ਰਹੀ ਆ। ਪਰ ਅੰਤ ਕਿ ਨਹੀਂ ਜਾ ਸਕਦੀ ਠੀਕ ਹੈ ਇਹਨੇ ਦਰਪਨ ਤੋਂ ਟਕਰਾਨਾ ਮੈਨੂੰ ਐਕਸਟੈਂਡ ਕਰਕੇ ਦਿਖਾਣੇ ਤਾਂ ਤੇ ਐਦਾ ਹੀ ਜਾਂਦੀ ਹੈ ਕਿ ਉਹ ਹਮੇਸ਼ਾ ਸੀ ਚੋਂ ਵਾਪਸ ਆ ਜਾਂਦੀ ਹੈ ਸੋ ਇਹਨੂੰ ਅੰਡਰਸਟੈਂਡ ਕਰਨ ਦੇ ਲਈ ਮੈਂ ਤੁਹਾਨੂੰ ਇੱਥੇ ਇੱਕ ਦੱਸਦੀ ਹਾਂ ਕਿ ਮੰਨ ਲਓ ਜਿਵੇਂ ਇੱਥੇ ਰੇ ਆ ਰਹੀ ਹੈ ਕਲੀਅਰ ਇੱਥੇ ਮੈਂ ਛੋਟਾ ਜਿਹਾ ਮਿਰਰ ਦਾ ਟੁਕੜਾ ਮੰਨ ਕੇ ਚੱਲਦੀ ਹਾਂ ਕਲੀਅਰ ਮੈਨੂੰ ਪੂਰਾ ਦਿਖਾਨੀ ਮੰਨ ਲਓ ਇਹ ਮੇਰਾ ਮਿਰਰ ਦਾ ਛੋਟਾ ਜਿਹਾ ਟੁਕੜਾ ਜਿੱਦਾਂ ਵੀ ਕੋਈ ਰੇ ਸੀ ਚੋਂ ਲੰਘਦੀ ਆ वह हमेशा इदा आ कि बिल्कुल ही सिधी नब्बे डिग्री दे दे उन मैं तो कर के कोण पर लगती हूँ इतने मैं तुम ड्रॉ करके दिखाव तो इतने पूरा कौन जड़ा बेटा वो नब्बे डिग्री का बन जाता है ठीक है ऐवला नब्बे डिग्री का हूँ इनू देखो अगर अभिलंब भी यही आ इसीडेंट रे यानी आपती को किरण भी यही आ ਇਹ ਪ੍ਰਵਰਤਿਤ ਕਿਰਨ ਵੀ ਇਹੀ ਆ ਤੇ ਤੁਹਾਨੂੰ ਦੱਸਿਆ ਸੀਗਾ ਕਿ ਇਸ ਕੇਸ ਦੇ ਵਿੱਚ i ਐਂਗਲ ਜ਼ੀਰੋ ਬਣ ਰਿਹਾ ਔਰ r ਐਂਗਲ ਵੀ ਜ਼ੀਰੋ ਹੀ ਬਣੇਗਾ ਅਕੋਰਡਿੰਗ ਟੂ ਦ ਰੂਲ i ਇਕਵਲਸ ਟੂ r ਜੇ i ਜ਼ੀਰੋ ਹੈ ਤੇ r ਵੀ ਜ਼ੀਰੋ ਹੈ ਮਤਲਬ ਜਿੱਥੋਂ ਜੇ ਇੱਥੇ i ਆਰਿਆ ਤੇ ਆਰ ਨੇ ਆਰ ਨੇ ਵੀ ਕੋਈ ਐਂਗਲ ਨਹੀਂ ਬਣਾਉਣਾ ਠੀਕ ਹੈ ਉਹ ਵੀ ਇਸੇ ਲਾਈਨ 'ਚੋਂ ਵਾਪਿਸ ਚਲਾ ਜਾਏਗਾ ਸੋ ਆ ਕੇਸ ਓਨ ਦਾ ਐਸ ਸੀ ਵਾਲਾ ਜਿਸ ਤੇ ਕਰਕੇ ਹਮੇਸ਼ਾ ਜਿੱਦੋਂ ਵੀ ਕੋਈ ਲਾਈਨ ਸੀ 'ਚੋਂ ਆਂਦੀ ਆ ਉਹ ਵਾਪਿਸ ਵੀ ਉਸ 'ਚੋ ਹੀ ਜਾਂਦੀ ਆ ਕਲੀਅਰ ਕਲੀਅਰ ਸਾਰਿਆਂ ਨੂੰ ਠੀਕ ਹੈ ਚਲੋ ਅਸੀਂ ਉਤਲ ਦਾ ਵੀ ਇੱਕ ਵਾਰੀ ਅੰਡਰਸਟੈਂਡ ਕਰ ਲੈਨੇ ਆ ਸੋ ਵੇ ਸੌਰੀ ਬੇਟਾ ਉਤਲ ਵਾਸਤੇ ਵੀ ਇਹ ਹੀ ਦੱਸ ਦੇ ਸੀ ਤੁਹਾਨੂੰ ਸੇਮ ਮਿਰਰ ਲੋਗੇ ਸੋ ਸੇਮ ਇਦਾਂ ਆ ਰਿਹਾ ਉਹ ਵਾਪਸ ਵੀ ਉਹਦੇ ਤੋਂ ਹੀ ਜਾਏਗੇ ਐਕਸਟੈਂਡ ਕਰਕੇ ਸਾਨੂੰ ਪਤਾ ਲੱਗੇਗਾ ਕਿ ਉਹ ਸੀ ਚੋਂ ਲੰਘ ਰਿਹਾ ਕਲੀਅਰ ਚਲੀਏ ਨੈਕਸਟ ਸੋ ਥਰਡ ਕੇਸ ਸਾਡੇ ਕੋਲ ਆਂਦਾ ਬੇਟਾ ਜਦੋਂ ਕੋਈ ਕਿਰਨ ਫੋਕਸ ਚੋਂ ਲੰਘੇ ਠੀਕ ਹੈ ਸੋ ਜਦੋਂ ਕੋਈ ਕਿਰਨ ਫੋਕਸ ਚੋਂ ਲੰਘੇ ਹੁਣ ਦੇਖੋ ਇੱਥੇ ਐਫ ਚੋਂ ਲੰਘ ਰਿਹਾ ਦਿਖ ਰਿਹਾ ਸਾਰਿਆਂ ਨੂੰ ਐਫ ਚੋਂ ਲੰਘ ਰਿਹਾ ਐਫ ਚੋਂ ਲੰਘਦੇ ਹੋਏ वेट जी एफ चो लंघ दे अलाइनमेंट होंगी कि वो पैरल हो जालल हो जाती है इज इट क्लीयर ठीक है सो इतें भी आप मैं तैन तो केस दिखाव तो इतने भी ही केस बनेगा सेंटर से मैं अभिलम ड्रॉ करा ठीक है तो अभिलम ड्रॉ करने के बेटा मेरे को थे एंगल आई और एंगल आर ਅਕੋਰਡਿੰਗ ਟੂ ਦਾ ਰੂਲ ਅਸੀਂ ਪੜਿਆ ਆਈ ਹਮੇਸ਼ਾ ਆਰ ਦੇ ਬਰਾਬਰ ਹੁੰਦਾ ਆ ਸੋ ਅਲਾਈਨਮੈਂਟਸ ਇਦਾਂ ਦੀਆਂ ਹੁੰਦੀਆਂ ਨੇ ਕਿ ਆਪਣੇ ਆਪ ਹੀ ਜਿਹੜਾ ਇੱਥੇ ਰੂਲ ਦੇ ਅਕੋਰਡਿੰਗ ਦੇਖਿਆ ਜਾਏ ਜਦੋਂ ਵੀ ਐਫ ਚ ਲੰਗੇਗੀ ਹਮੇਸ਼ਾ ਪੈਰਲਲ ਹੋ ਜਾਂਦੀ ਆ ਕਲੀਅਰ ਤੀਰ ਦੇ ਨਿਸ਼ਾਨ ਬਹੁਤ ਜ਼ਰੂਰੀ ਆ ਕਿਉਂਕਿ ਪਤਾ ਲੱਗਦਾ ਕਿ ਰੇ ਕਿੱਧਰ ਨੂੰ ਕਿੱਧਰ ਜਾ ਰਹੀ ਆ ਸੋ ਇਸੇ ਤਰ੍ਹਾਂ ਇਧਰ ਵੀ ਹੋਏਗਾ ਉੱਤਲ ਵਾਸੇ ਜਿਹੜਾ ਵੀ ਕੋਈ ਲਾਈਨ ਫੋਕਸ 'ਚ ਹੁਣ ਫੋਕਸ 'ਚ ਕਿੱਦਾਂ ਸ਼ੋ ਹੋਣੀ ਆ ਐਕਸਟੈਂਡ ਕਰਕੇ ਠੀਕ ਹੈ वैसे ਹੁੰਦੀ ਆ ਬਟ ਜਦੋਂ ਅਸੀਂ ਇੱਕ ਡਰਾ ਕਰਨਾ ਸਾਨੂੰ ਐਕਸਟੈਂਡ ਕਰਕੇ ਸ਼ੋ ਹੋ ਜਾਂਦਾ ਹੈ ਤਾਂ ਹਮੇਸ਼ਾ ਪੈਰਲ ਹੋ ਜਾਂਦੀ ਹੈ ਕਿਦੇ ਮੁੱਖ ਤੂਰੇ ਦੇ ਸੋ ਕਿਦੇ ਮੁੱਖ ਤੂਰੇ ਦੇ ਕਲੀਅਰ ਸੋ ਇਤਵਾ ਸੇ ਹੁਣ ਤਿੰਨ ਮੇਨ ਰੂਲਸ ਆਪਾਂ ਸਿੱਖਿਆ ਕਿ ਜਦੋਂ ਵੀ ਕੋਈ ਸਮਾਨਾਂਤਰ ਲਾਈਨ ਹੁੰਦੀ ਆ ਪੈਰਲ ਹੁੰਦੀ ਆ ਉਹਦੇ ਮੁੱਖ ਤੂਰੇ ਦੇ ਉਹ ਕਿਚ ਪਾਸ ਕਰਦੀ ਆ ਐਫ ਚ ਤੇ ਜਿਹੜੀ ਐਫ ਚ ਲੰਘ ਰਹੀ ਆ ਉਹ ਆਫਟਰ ਰਿਫਲੈਕਸ਼ਨਸ ਸਮਾਨਤਰ ਹੋ ਜਾਂਦੀ ਆ ਤੇ ਜਿਹੜੀ ਸੀ ਚ ਲੰਘਦੀ ਆ ਉਹ ਸੀ ਚ ਹੀ ਪਾਸ ਹੁੰਦੇ ਆ ਕਲੀਅਰ ਸਾਰਿਆਂ ਨੂੰ ਠੀਕ ਹੈ ਸੋ ਅੱਗੇ ਚਲਦੇ ਆ ਅਸੀਂ ਨੰਮੈਰੀਕਲਸ ਦੇ ਉੱਤੇ ਠੀਕ ਹੈ ਸੋ ਨੰਮੈਰੀਕਲਸ ਦੇ ਉੱਤੇ ਚਲਦੇ ਆ ਜੀ ਬੇਟਾ ਅਸੀਂ ਉਸ ਦਿਨ ਇੱਕ ਟਾਪਿਕ ਕੀਤਾ ਸੀਗਾ ਠੀਕ ਹੈ ਇਹੀ ਵਾਲਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਮੈਂ ਤੁਹਾਨੂੰ ਵੇਟ ਆ ਮੈਂ ਬੈਕ ਜਾਂਦੀ ਆ ਇੱਥੇ ਤੁਹਾਨੂੰ ਕਲੀਅਰ ਕਰ ਦੇਵਾਂ ਠੀਕ ਹੈ ਦੇਖੋ ਇਸ ਪਿਕਚਰ ਦੇ ਵਿੱਚ ਐਪੋਲ ਐ ਐਫ ਐ ਸੀ ਜਿਹੜਾ ਸੀ ਤੇ ਸੋ ਜਿਹੜਾ f ਤੇ p ਦੇ ਵਿਚਲਾ ਡਿਸਟੈਂਸ ਹੁੰਦਾ f ਕੋਨਾ ਫੋਕਸ ਦੂਰੀ ਵੱਡਾ ਹੈ p ਫੋਰ ਪੋਲ ਜਿਹੜਾ ਪੋਲ ਤੇ ਫੋਕਸ ਬਿੰਦੂ ਦੇ ਵਿੱਚ ਜਿਹੜਾ ਇੱਕ ਡਿਸਟੈਂਸ ਹੁੰਦਾ ਇਸ ਨੂੰ ਅਸੀਂ ਬੋਲਦੇ ਹਾਂ ਛੋਟੇ f ਦੇ ਨਾਲ ਛੋਟੇ f ਨੂੰ ਅਸੀਂ ਲਿਖਦੇ ਹਾਂ ਫੋਕਸ ਦੂਰੀ ਠੀਕ ਹੈ ਔਰ ਇੰਗਲਿਸ਼ ਅਸੀਂ ਉਸ ਨੂੰ ਬੋਲਦੇ ਹਾਂ ਫੋਕਲ ਯੈਸ ਫੋਕਲ ਲੈਂਥ ਇਜ਼ ਇਟ ਕਲੀਅਰ ਸੋ ਜਿਹੜੀ ਵੀ ਡਿਸਟੈਂਸ ਹੈਗਾ ਐਫ ਤੇ ਪੀ ਦੇ ਵਿੱਚ ਇਹਨੂੰ ਆਪਾਂ ਛੋਟੇ ਐਫ ਦੇ ਨਾਲ ਲਿਖਦੇ ਮੰਨ ਲਓ ਮੈਂ ਇੱਥੇ ਲਿਖ ਦਿੰਦੀ ਨੇ ਐਫ ਹੁਣ ਸੀ ਤੇ ਪੀ ਦੇ ਵਿੱਚਕਾਰਲੀ ਦੂਰੀ ਠੀਕ ਹੈ ਕਲਰ ਚੇਂਜ ਕਰ ਲੈਨੇ ਹਾਂ ਸੀ ਤੇ ਪੀ ਦੇ ਵਿੱਚਕਾਰਲੀ ਦੂਰੀ ਨੂੰ ਅਸੀਂ ਆਰ ਦੇ ਨਾਲ ਲਿਖਦੇ ਹਾਂ ਠੀਕ ਹੈ ਸੋ ਆਰ ਕੀ ਆ ਐਫ ਹੋ ਗਿਆ ਛੋਟਾ ਜਿਹੜਾ ਸਾਡੇ ਕੋਲ ਫੋਕਸ ਦੂਰੀ ਵੱਡਾ ਐਫ ਫੋਕਸ ਬਿੰਦੂ ਠੀਕ ਹੈ ਸੋ ਦੇਖੋ ਇੱਕ ਚੱਕਰ ਪੂਰਾ ਹੁੰਦਾ ਉਹਦਾ ਅੱਧਾ ਹਿੱਸਾ ਸੋ ਆਰ ਨੂੰ ਅਸੀਂ ਲਿਖਦੇ ਹਾਂ ਅਰਧ ਵਿਆਸ ਪਰ ਕਿਸ਼ਤਾਰ ਅਰਧ ਵਿਆਸ ਇਹਦੇ ਉੱਤੇ ਲਿਖਣਾ ਸੀਗਾ ਮੈਂ ਵੇਟ ਬਕਰਤਾ ਅਰਧ ਵਿਆਸ ਠੀਕ ਹੈ ਸੋ ਯਾਨੀ ਇੰਗਲਿਸ਼ ਅਸੀਂ ਲਿਖੀਏ ਸੋ ਥਿਸ ਇਜ਼ ਰੇਡੀਅਸ ਆਫ ਯੈਸ ਰੇਡੀਅਸ ਆਫ ਕਰਵਚਰ ਕਲੀਅਰ ਸਾਰਿਆਂ ਨੂੰ ਬੱਚਾ ਸੋ ਹੁਣੇ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਇੰਨਾ ਵੱਡਾ ਆ ਰਿਹਾ ਉਹ ਇੰਨੇ ਛੋਟੇ ਐਫ ਦੇ ਤੁਗਣਾ ਹੁੰਦਾ ਇਸ ਕਰਕੇ ਸਾਡਾ ਫਾਰਮੂਲਾ ਬਣਿਆ r 2 f ਤੁਸੀਂ ਇੱਕ ਇਹੀ ਯਾਦ ਰੱਖਣਾ ਠੀਕ ਹੈ ਬੱਚਾ ਅੱਗੇ ਚਲਦੇ ਨੇ ਮੈਡੀਕਲ ਸਟਾਈ ਕਰਦੇ ਸੋ ਦੇਖੋ ਇਹ ਫਾਰਮੂਲਾ ਰਿਮਾਈਂਡ ਕਰਨਾ ਤੁਸੀਂ r 2f ਵਾਟ ਇਜ਼ r r ਜਿਹੜਾ ਆਇਆ ਸੜੇ ਕੋਲ ਬਕਰਤਾ ਅਰਧ ਵਿਆਸ ਆ ਠੀਕ ਹੈ ਹੁਣ ਇਹ ਕੁਐਸਚਨ ਦੇਖੋ ਇੱਕ ਯੈਸ ਇੱਥੇ ਦੇਖੋ ਇੱਕ ਗੋਲਾਕਾਰ ਦਰਪਣ ਆ ਜਿਸ ਦਾ ਵਕਰ ਦਾ ਅਰਧ ਵਿਆਸ 20 ਸੈਂਟੀਮੀਟਰ ਹੈ ਉਸ ਦੀ ਫੋਕਸ ਦੂਰੀ ਕਿੰਨੀ ਹੋਵੇਗੀ ਯਾਨੀ ਐਫ ਫਾਈਂਡ ਕਰਨਾ ਆਰ ਸਾਨੂੰ ਗਿਵਨ ਹੈ ਔਰ ਰੇਡੀਅਸ ਆਫ ਕਰਵੇਚਰ ਆਫ ਇਸ ਪੈਰਿਕਲ ਮਿਰਰ ਇਸ 20 ਸੈਂਟੀਮੀਟਰ ਫਾਈਂਡ ਇਟਸ ਫੋਕਲ ਲੈਂਥ ਆਪਾਂ ਦੀ ਲੈਂਥ ਫਾਈਂਡ ਕਰਨੀ ਸੋ ਵਾਟ ਇਜ਼ ਆਰ ਰੇਡੀਅਸ ਆਫ ਕਰਵੇਚਰ ਵਕਰ ਦਾ ਕੇਂਦਰ ਜਿਨੂੰ ਅਸੀਂ 20 ਸੈਂਟੀਮੀਟਰ ਲਿਖ ਦਿੱਤਾ ਸਭ ਤੋਂ ਪਹਿਲਾਂ ਉਹ ਲਿਖਿਆ ਕਰੋ ਜਿਹੜੇ ਗਿਵਨ ਆ ਸੋ ਆਰ ਦਾ ਫਾਰਮੂਲਾ ਲਾਓ ਆਰ ਇਜ਼ ਇਕੁਅਲ ਟੂ 2 ਟਾਈਮਸ ਐਫ ਆਰ ਦੀ ਜਗ੍ਹਾ ਅਸੀਂ ਲਿਖਿਆ 20 ਇਕੁਅਲ ਟੂ ਮਿੰਟ ਸੋ ਆਰ ਦੀ ਜਗ੍ਹਾ ਸੇ ਲਿਖਤਾ 20 2 f 2 ਇੱਥੋਂ ਇਹਦੇ ਨੀਚੇ ਆ ਜਾਏਗਾ ਠੀਕ ਹੈ ਸੋ ਕਟਿੰਗ ਹੋਣ ਤੋਂ ਬਾਅਦ ਸਾਡੇ ਕੋਲ ਕੀ ਆਨਸਰ ਆਂਦਾ f ਦਾ 10 ਸੈਂਟੀਮੀਟਰ ਸੋ ਇੱਥੋਂ ਫੋਕਸ ਔਰ ਕਿੰਨੇ ਕਰਦੀ 10 ਸੈਂਟੀਮੀਟਰ ਠੀਕ ਹੈ ਸੋ ਇਹ ਹੀ ਫਾਰਮੂਲਾ ਤੁਸੀਂ ਯਾਦ ਰੱਖ ਲੈ ਸੋ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਨੈਕਸਟ ਕੁਐਸਚਨ ਸਾਨੂੰ ਕਹਿੰਦਾ सो नैक्सन सू क्या उस उत्तल दर्पण so की फोकस दूरी ज्ञात करो जिसका वकररता अर्धव्यास बत्ती सेंटीमीटर है सो वकरता अर्धव्याज तुम दसिया मैं आर हूँ इतन वैक् उत्तल दर्पण है उत्तल दर्पण का तुम सिखाया सो देख ल उत्तल दर्पण है यद और सी बैक साइड तो हों और नंबर लाइन तुम सीखी है कि सेंटर से जीरो होंद छोटी क्लास सीखी और इधर जिन्हें भी नंबरस ने माइनस वन माइनस टू प्लस वन ਪਲੱਸ 2 ਇਧਰ ਜਾਂਦੇ ਜਾਂਦੇ ਪਲੱਸ ਹੁੰਦਾ ਆ ਔਰ ਇਧਰ ਜਾਂਦੇ ਜਾਂਦੇ ਮਾਈਨਸ ਹੁੰਦਾ ਸੋ ਇਸੇ ਤਰੀਕੇ ਨਾਲ ਤੁਸੀਂ ਦੇਖਣਾ ਕਿ ਜੇ ਰੇ ਇਧਰੋਂ ਆ ਰਹੀ ਆ ਤੇ ਉਤਲ ਦਰਪਨ ਵਾਸਤੇ ਰੇ ਦਾ ਅਗਲਾ ਮਤਲਬ ਉਹਦੇ ਵਾਸਤੇ ਪੋਜ਼ਿਟਿਵ ਹੀ ਲੈਣਾ ਉਹਦੀ ਫੋਕਸ ਦੂਰੀ ਵੀ ਪੋਜ਼ਿਟਿਵ ਉਹਦਾ ਆਰ ਵੀ ਪੋਜ਼ਿਟਿਵ ਠੀਕ ਹੈ ਤਾਂ ਅਵਤਲ ਦਰਪਨ ਵਾਸਤੇ ਉਲਟਾ ਹੋ ਜਾਏਗਾ ਠੀਕ ਹੈ ਉਹ ਅਗਲੇ ਸਵਾਲ ਚ ਦੇਖਦੇ ਆਂ ਸੋ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ r ਉਹਨੇ ਕਿਹਾਏ ਤੁਹਾਨੂੰ 32 ਸੈਂਟੀਮੀਟਰ ਠੀਕ ਹੈ ਸੋ 32 ਸੈਂਟੀਮੀਟਰ ਕਨਵੈਕਸ ਮਿਰਰ ਆ ਠੀਕ ਹੈ ਸੋ r ਦਾ ਫਾਰਮੂਲਾ ਲਾਓ ਤੁਸੀਂ r 2f ਯਾਨੀ r ਕਿੰਨਾ 32 ਸੈਂਟੀਮੀਟਰ ਹੈ ਪਲੱਸ ਕਿਉਂ ਲਗਾਤਾ ਠੀਕ ਹੈ ਪਲੱਸ ਇਸ ਕਰਕੇ ਲਗਾਇਆ ਕਿਉਂਕਿ ਉਤਲ ਦਰਪਣ ਹੈ ਸੋ ਪਲੱਸ ਲਗਾ ਦਿਓ ਠੀਕ ਹੈ ਸੋ ਇੱਥੇ ਫਾਰਮੂਲੇ ਚ ਵੈਲਿਊ ਫਿਲ ਕੀਤੀ 2 ਥੱਲੇ ਆ ਗਿਆ ਠੀਕ ਹੈ ਸੋ 32 टू दे टेबल चाहता सिक्सटीन सो सिक्सटीन कट करते को आंसर आ गया सिक्सटीन सेंटीमीटर मैं प्लस लगाता बेटा इतने देखो एफ इक्वल टू प्लस सिक्सटीन सेंटीमीटर इज इट क्लीयर टू ऑल चलो ऑन मूविंग फॉरदर सा नैक्सट आ जाएगी नैक्सट एग्जाम्पल उस अवतल दर्पण हमें दर्पण इतने चेंज करता अवतल दर्पण उस अवतल दर्पण की फोकस दूरी पता करो जिसका वक्रता अर्धव्यास अठाई सेंटीमीटर है ठीक है सो अठाई सैकंड केव कण के वास्ते सारा कुछ इधरली साइड आ रे इधर जा रही है किरण पर इधरली साइड परावर्तन हो रहा ठीक है सो so, यद मतलब यदा आर भी नैगेटिव और एदा so, so, अथाई, अथाई. So, तो एफ भी so, नैगेटिव क्लीयर सो अवतल वास्ते अपना नैगेटिव लैना आ उत्तल वास्ते पॉजिटिव लैना सो आर कि आ अठाई माइनस अठाई सो आर एक टू टू एफ सो माइनस अठाई ईकअल टू ट्वें टू एफ सो कटिंग करने तो को आंसर आ जाएगा एफ इज एक टू माइनस फोर्टीन सेंटीमीटर ਕਲੀਅਰ ਬਿਟਾ ਸਾਰੇ ਜਿੰਨੇ ਵੀ ਅਸੀਂ ਨਿਊਮੈਰਿਕਲਸ ਇੱਥੇ ਕੀਤੇ ਆ ਤੁਸੀਂ ਵੀਡੀਓ ਪਾਜ਼ ਕਰਕੇ ਨੋਟ ਕਰਨੇ ਆਪਣੇ ਕਾਪੀ ਦੇ ਵਿੱਚ ਠੀਕ ਹੈ ਇੱਥੇ ਵੀਡੀਓ ਨੂੰ ਪਾਜ਼ ਕਰਕੇ ਉਸੇ ਵੇਲੇ ਕਾਪੀ ਤੇ ਨੋਟ ਕਰਕੇ ਫਿਰ ਅੱਗੇ ਚੱਲਣਾ ਠੀਕ ਹੈ ਸੋ ਐਸੀ ਤਰ੍ਹਾਂ ਸਾਰੇ ਨਿਊਮੈਰਿਕਲਸ ਨੋਟ ਕਰਨੇ ਆਰ ਆਫਟਰ ਟਾਪਿਕ ਹੈ ਤੁਹਾਡਾ ਟੈਸਟ ਮਨ ਲਾ ਹੋਮਵਰਕ ਵੀ ਹੈ ਇੱਕ ਠੀਕ ਹੈ ਸੋ ਇਹ ਦੇਖੋ ਇਹ ਸਮ ਤੁਸੀਂ ਖੁਦ ਸੋਲਵ ਕਰਨਾ ਕਿਵੇਂ ਕਹਿੰਦਾ ਉਸ ਕੋਲਾਕਰ ਦਰਪਨ ਦਾ ਵਕਰਤਾ ਅਰਧ ਵਿਆਸ ਪਤਾ ਕਰੋ ਜਿਸੇ ਫੋਕਸ ਦੂਰੀ ਹੋਣ ਦੇ ਵਿੱਚ ਫੋਕਸ ਦੂਰੀ ਦੇ ਦਿੱਤੀ हूँ फोकस दूरी तुम तो पूरा लिखोगे एफ एक टू फोकस दूरी इकअल टू फिफ्टीन सेंटीमीटर मैं शॉर्टकट से लिख रहा मैं पूरा नहीं लिख रही ठीक है सो फिफ्टीन सेंटमीटर आर कि यस सू पता करना है सो so फॉर्मुला याद है आर ईकूल टू टू एफ वैल्यू भरो कौन आ सिपल गोलाकार दर्पण कहते कोई प्लस माइनस की झंझट ही नहीं है सो so आर क्डना आर न लिखो टू मल्टीप्लाई फिफ्टीन सो कि आया आर कि आ गया थोड़ा 30 सेंटीमीटर सो आंसर आ गया दा आर 30 सेंटीमीटर क्लियर चलो नेक्स्ट चलਦੇ ਆ ਦੇਖੋ ਇਥੇ ਕੁਐਸਚਨ ਚੇਂਜ ਹੋ ਗਿਆ ਉਤਲ ਦਰਪਨ ਆ ਗਿਆ ਹੁਨੇ ਵਿੱਚ ਸਿਖਾ ਕੇ ਟੀ ਇਹਦੇ ਵਾਸਤੇ ਫਿਰ आर ਵੀ ਪਲੱਸ ਤੇ ਛੋਟਾ ਐਫ ਜਿਹੜਾ ਉਹ ਪਲੱਸ ਇਥੇ ਫੋਕਲ ਲੈਂਥ ਆ 기ਵਨ ਆ ਤੇ ਆਰ ਸਾਨੂੰ ਕੱਢਣਾ ਸੋ ਇਥੇ ਐਫ ਦਿੱਤਾ ਬੇਟਾ ਸਾਨੂੰ 8 सेंटीमीटर ਪਲੱਸ ਪਾ ਦਈਏ ਯੈਸ ਠੀਕ ਹੈ ਸੋ ਫਾਰਮੂਲਾ ਯਾਦ ਹੈ ਆਰ ਇਕਵਲ ਟੂ ਐ ਠੀਕ ਹੈ ਸੋ r ਇਕਵਲਸ ਟੂ ਬ੍ਰੈਕਟ ਚ ਲਿਖ ਰਹੀ ਹਾਂ ਮੈਂ ਪਲੱਸ 8 ਠੀਕ ਹੈ ਕਿੰਨਾ ਆਏਗਾ ਪਲੱਸ 16 ਸੈਂਟੀਮੀਟਰ ਆਨਸਰ ਉੱਤਲਾ ਨਾ ਓਕੇ ਚਲੋ ਅੱਗੇ ਚੱਲਦੇ ਹੁਣ ਕਹਿੰਦਾ ਅਗਲਾ ਕੁਸ਼ਣ ਆ ਗਿਆ ਉਸ ਅਫਤਲ ਅਫਤਲ ਵਾਸਤੇ ਸਿਖਾਇਆ ਸੀ r ਵੀ ਨੈਗੇਟਿਵ ਤੇ f ਵੀ ਨੈਗੇਟਿਵ ਇਜ਼ ਇਟ ਕਲੀਅਰ ਚਲੋ ਹੁਣ ਇਹਦੇ ਵੀ ਫੋਕਸ ਦੂਰੀ 기ਵਨਾ ਸੋ ਇਹਦਾ f 기ਵਨਾ ਛਾੜਿਓ -20 ਸੈਂਟੀਮੀਟਰ आर फाइंड करना फॉर्मूला फिल करो टू एफ ठीक है सो वैल्यू फिल कर टू माइनस ट्वेंटी सो किना आएगा यस माइनस फोर्टी सेंटीमीटर की आया माइनस फोर्टी सेंटीमीटर वक्त का अर्धव्यास या कह लो रेडियस ऑफ़ कर्वेच कनकेव में करता क्लियर सारे नो चलो जी हम इतों होमवर्क स्टार्ट होंगे आठ ठीक है ਸੋ ਵਿੱਚ ਕੁਐਸਚਨ ਹੈ ਜੀ ਉਸ ਗੋਲਾਕਾਰ ਦਰਪਨ ਦੀ ਫੋਕਸ ਦੂਰੀ ਪਤਾ ਕਰੋ ਜਿਸ ਦਾ ਵਕਰ ਦਾ ਅਰਧ ਵਿਆਸ 24 ਸੈਂਟੀਮੀਟਰ 24 ਸੈਂਟੀਮੀਟਰ ਆ ਫਾਈਂਡ ਦਾ ਫੋਕਲ ਲੈਂਥ ਹੁਣ ਇਥੇ ਤੁਸੀਂ ਵੇਟ ਇਥੇ ਤੁਸੀਂ ਐਫ ਕੱਢਣਾ ਬੇਟਾ ਆ ਤੁਹਾਨੂੰ ਆਰ ਦਿੱਤਾ ਹੈ ਠੀਕ ਹੈ ਸੋ ਆ ਤੁਹਾਨੂੰ ਆਰ ਦਿੱਤਾ ਹੈ ਤੁਸੀਂ ਐਫ ਕੱਢਣਾ क्लियर और नेक्स्ट क्वेश्चन के अंदर है उस दर्पण का वक्त अर्धव्यास पता करो जिसकी फोकस दूरी 25 सेंटीमीटर ध्यान नाल क्वेश्चन एफ दिता ठीक है इतन तो एफ दिता है जी एफ दिता और आर क्डना है सो so, एट क्वेश्चन एफ दिता है आर क्डना क्लीयर सैवन क्वेश्चन आर दिता इच्छे तुम तो आर दिता है ठीक है और एफ क्डना क्लीयर ਚਲੋ ਨੈਕ ਚਲਦੇ ਆ ਕੁਐਸਚਨ ਨੰਬਰ 9 ਐਂਡ ਕੁਐਸਚਨ ਨੰਬਰ 10 ਕੀ ਕਹਿੰਦੇ ਜੀ ਕੁਐਸਚਨ ਨੰਬਰ 9 ਕਹਿੰਦਾ ਇੱਕ ਅਵਤਲ ਦਰਪਨ ਅਵਤਲ ਦਰਪਨ ਹੈ ਤੇ ਯਾਦ ਰੱਖਣਾ ਪਲੱਸ ਲਾਣਾ ਕਿ ਮਾਈਨਸ ਆਪ ਠੀਕ ਹੈ ਸੋ ਫੋਕਸ ਦੂਰੀ ਕਿੰਨੀ ਆ ਇੱਥੇ ਵੀ ਤੁਹਾਨੂੰ ਐਫ ਦਿੱਤਾ ਹੋਇਆ ਠੀਕ ਹੈ ਔਰ ਤੁਸੀਂ ਕੀ ਕਰਨਾ ਯੈਸ ਆਰ ਕਰਨਾ ਵਿਆਸ ਕਿੰਨਾ ਹੋਏਗਾ ਸੋ ਤੁਸੀਂ ਆਰ ਕਰਨਾ ਹੈ ਤੁਹਾਨੂੰ ਐਫ ਜਿਹੜਾ ਆ ਉਹ ਤੁਹਾਨੂੰ 30 ਸੈਂਟੀਮੀਟਰ ਦਿੱਤਾ ਹੋਇਆ ਹੈ

चार थोड़े होमवर्क है यानी हूँ तक छे क्वेश्चन असं सॉल्व कर चुके हैं और चार थोड़े होमवर्क है दैट मीनस कि टेन क्वेश्चन थोड़े इस टॉपिक नोमैरिकल्स ने और तुसे सारे नोमैरीकल कॉपीज़ करने हैं ओके ऑल द बेस्ट बेटा और अपना काम करते जाओ जिन क्वेरीज़ ने मैंने पूछ लियो थैंक यू